ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ਕੋਰ ਗਰੁੱਪ ਦੀ ਮੀਟਿੰਗ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੋਰ ਕਮੇਟੀ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਬੇਅਦਬੀ ਮਾਮਲੇ ਵਿੱਚ CBI ਵੱਲੋਂ CBI ਕੋਰਟ ਵਿੱਚ ਦਾਖਲ ਕਰਵਾਈ ਗਈ ਕਲੋਜ਼ਰ ਰਿਪੋਰਟ ਨੂੰ ਵਾਪਸ ਕਰਵਾਉਣ ਦੀ ਮੰਗ ਕਰੇਗਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦਾ ਇੱਕ ਵੀ ਬੂੰਦ ਪਾਣੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ, ਜਿੱਥੇ ਜੋ 2-2.5 ਸਾਲ ਪਹਿਲੇ ਬੇਅਦਬੀ ਦੇ ਕੇਸ CBI ਨੂੰ ਗਏ ਸੀ, ਉਹਨਾਂ ਨੇ CBI ਨੇ ਕਲੋਜ਼ਰ ਰਿਪੋਰਟ CBI ਕੋਰਟ ਦਾਖਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਬੜੇ ਸਟਰੋਂਗਲੀ ਇਸ ਰਿਪੋਰਟ ਨੂੰ ਰਿਜੈਕਟ ਕੀਤਾ ਅਤੇ ਇੱਕ ਲੋਇਰਸ ਦੀ ਵਕੀਲਾਂ ਦੀ ਟੌਪ ਟੀਮ ਸ਼੍ਰੋਮਣੀ ਅਕਾਲੀ ਦਲ ਹਾਇਰ ਕਰੇਗਾ, ਜਿਹੜਾ ਕਲੋਜ਼ਰ ਰਿਪੋਰਟ ਦੇ ਖਿਲਾਫ ਕੋਰਟ ਵਿੱਚ ਆਪਣੀ ਪਟੀਸ਼ਨ ਦਾਇਲ ਕਰੇਗਾ। ਸ਼੍ਰੋਮਣੀ ਅਕਾਲੀ ਦਲ ਚਾਹੁੰਦਾ ਕਿ ਜੋ ਦੋਸ਼ੀ ਜਿਨ੍ਹਾਂ ਨੇ ਇਹੋ ਜਿਹਾ ਗੰਦਾ ਕੰਮ ਕੀਤਾ, ਘਿਨਾਉਣਾ ਕੰਮ ਕੀਤਾ, ਉਹ ਦੋਸ਼ੀ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਜਲਦੀ ਮਿਲਣੀ ਚਾਹੀਦੀ ਹੈ। ਸੋ ਅਸੀਂ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਮਿਲ ਰਹੇ ਹਾਂ, ਇੱਕ ਡੈਲੀਗੇਸ਼ਨ ਜਾਊਗੀ ਸਾਡੀ, ਜਲਦੀ ਹੀ ਟਾਈਮ ਲੈ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਅਪੀਲ ਕਰਾਂਗੇ ਕਿ CBI ਨੂੰ ਗੱਲ ਕਰਕੇ ਆ ਕਲੋਜ਼ਰ ਰਿਪੋਰਟ ਨੂੰ ਵਾਪਸ ਲਿੱਤਾ ਜਾਏ ਅਤੇ ਰਿਵਿਊ ਕੀਤਾ ਜਾਏ ਅਤੇ ਵਾਪਸ ਪੂਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ CBI ਦੇ ਥੱਲੇ ਲੱਗੇ, ਜਿਹੜੇ ਸਾਰੇ ਤੱਥਾਂ ਵਿੱਚ ਜਾਏ, ਜਿਹੜੀਆਂ ਨਵੀਆਂ ਇਸ਼ੂਜ਼ ਆ ਰਹੀਆਂ ਉਹ ਸਾਰਿਆਂ ਨੂੰ ਵਿਚਾਰੇ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜੇ। ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਜਿਹੜੇ ਪਾਣੀਆਂ ਦਾ ਬਿੱਲ ਆ ਰਿਹਾ, ਸ਼੍ਰੋਮਣੀ ਅਕਾਲੀ ਦਲ ਨੇ ਕਲੀਅਰ ਕੀਤਾ ਕਿ ਪਾਣੀ ਪੰਜਾਬ ਕੋਲ ਕੋਈ ਨਹੀਂ ਹੈ, ਇੱਕ ਬੂੰਦ ਪਾਣੀ ਦੀ ਪੰਜਾਬ ਤੋਂ ਬਾਹਰ ਨਹੀਂ ਜਾਊਗੀ ਅਤੇ ਸਾਡਾ ਜਿਹੜਾ ਜੋ ਵੀ ਕਮਿਸ਼ਨ ਬਣੇ ਜਾਂ ਨੂਨ ਬਣੇ ਰਿਪੇਰੀਅਨ ਰਾਈਟਸ ਦੇ ਥੱਲੇ ਬਣਨਾ ਚਾਹੀਦਾ ਹੈ। ਕੋਈ ਰਿਪੇਰੀਅਨ ਰਾਈਟਸ ਦੇ ਅਗੇਂਸਟ ਕੁਛ ਨਹੀਂ ਹੋਣਾ ਚਾਹੀਦਾ, ਕਿਉਂਕਿ ਆਹ ਲੇਡ ਆਊਟ ਪ੍ਰਿੰਸੀਪਲ, ਦੁਨੀਆ ਦਾ ਲੇਡ ਆਊਟ ਪ੍ਰਿੰਸੀਪਲ ਹੈ ਕਿ ਜਿਹੜੇ ਸੂਬੇ ਦੇ ਵਿੱਚ ਨਦੀਆਂ ਜਾਂਦੀਆਂ, ਆਪਣੇ ਦਰਿਆ ਜਾਂਦੇ ਹੈ, ਉਹਨਾਂ ਸੂਬਿਆਂ ਦਾ ਰਾਈਟ ਹੈ। ਸੋ ਆਹ ਰਾਈਟ ਸਾਡਾ ਨੈਚੁਰਲ ਰਾਈਟ ਹੈ। ਆ ਕਿਸੇ ਹਾਲਤ 'ਚ ਅਸੀਂ ਰਿਪੇਰੀਅਨ ਰਾਈਟਸ ਤੋਂ ਬਗੈਰ ਕਿਸੇ ਵੀ ਕੋਈ ਫੈਸਲਾ ਹੋਊਗਾ ਉਹ ਨਹੀਂ ਅਸੀਂ ਮੰਨ ਸਕਦੇ।